ਗਲੋਬਲ ਪੰਜਾਬ ਟੀਵੀ ਦੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਆਬਾਦੀ ਦੇ ਲਿਹਾਜ਼ ਨਾਲ ਜਿਹੜੇ ਜਨਗਣਨਾ ਦੇ ਅੰਕੜੇ ਕੌਮੀ ਪੱਧਰ ਤੇ ਪੇਸ਼ ਕੀਤੇ ਗਏ ਆ, ਉਹਦੀ ਜਿਹੜੀ ਤਸਵੀਰ ਆਈ ਹੈ ਉਹਦੇ ਮੁਤਾਬਕ ਦੇਸ਼ ਦੇ ਅੰਦਰ ਸਭ ਤੋਂ ਵਧੇਰੇ ਜਿਹੜੀ ਮੁਸਲਿਮ ਆਬਾਦੀ ਹੈ ਉਹ ਤੇਜ਼ੀ ਦੇ ਨਾਲ ਵੱਧ ਰਹੀ ਹੈ। ਜੇ ਦੂਜੇ ਨੰਬਰ ਤੇ ਗੱਲ ਕਰੀਏ ਤਾਂ ਹਿੰਦੂ ਜਿਹੜੀ ਭਾਈਚਾਰੇ ਦੀ ਆਬਾਦੀ ਹੈ ਉਹ ਦੂਜੇ ਨੰਬਰ ਤੇ ਆਉਂਦੀ ਹੈ, ਬੇਸ਼ੱਕ ਆਬਾਦੀ ਉਹਨਾਂ ਦੀ ਵੀ ਪਹਿਲਾਂ ਦੇ ਮੁਕਾਬਲੇ ਤੇ ਘਟੀ ਹੈ। ਇਸੇ ਤਰ੍ਹਾਂ ਈਸਾਈ ਭਾਈਚਾਰੇ ਦੀ ਗਿਣਤੀ ਤੀਜੇ ਥਾਂ ਤੇ ਆਉਂਦੀ ਹੈ। ਜੇ ਚਿੰਤਾ ਦੀ ਗੱਲ ਕਰੀਏ ਤਾਂ ਜਿਹੜਾ ਸਿੱਖ ਭਾਈਚਾਰਾ ਉਹਨਾਂ ਦੀ ਲੀਡਰਸ਼ਿਪ ਦੇ ਜਿਹੜੇ ਧਾਰਮਿਕ ਆਗੂ ਹੈ ਉਹ ਇਸ ਗੱਲ ਤੇ ਚਿੰਤਤ ਹੈ ਕਿ ਦੇਸ਼ ਅੰਦਰ ਸਭ ਤੋਂ ਵਧੇਰੇ ਅਗਰ ਕੋਈ ਆਬਾਦੀ ਘਟੀ ਹੈ ਤਾਂ ਸਿੱਖਾਂ ਦੀ ਘਟੀ ਹੈ। ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਹੋ ਸਕਦੀ ਹੈ, ਪਰ ਸਵਾਲ ਇਸ ਗੱਲ ਦਾ ਵੀ ਪੈਦਾ ਹੁੰਦਾ ਹੈ ਕਿ ਜਿਹੜੀ ਆਬਾਦੀ ਹੈ ਉਸ ਨੂੰ ਜਿਹੜੀਆਂ ਬਣਦੀਆਂ ਸਹੂਲਤਾਂ ਤੇ ਉਹਦੀ ਤਰੱਕੀ ਦੇ ਲਈ ਜੋ ਕੀਤਾ ਜਾਣਾ ਚਾਹੀਦਾ, ਜਿਹੜੇ ਅੰਕੜੇ ਪੇਸ਼ ਕੀਤੇ ਗਏ ਆ ਉਹ ਕਾਫੀ ਮਦਦਗਾਰ ਸਾਬਤ ਹੋ ਸਕਦੇ ਹੈ, ਪਰ ਸਾਡੇ ਜਿਹੜੇ ਰਾਜਸੀ ਆਗੂ ਹੈ ਉਹ ਇਸ ਨਾਲੋਂ ਵੀ ਜ਼ਿਆਦਾ ਇੱਕ ਦੂਜੇ ਦੀ ਖਤਰੇ ਦੀ ਘੰਟੀ ਦੇ ਤੌਰ ਤੇ ਇਹਨਾਂ ਅੰਕੜਿਆਂ ਨੂੰ ਵੇਖਦੇ ਆ। ਇਹਨਾਂ ਸਾਰੇ ਮਾਮਲਿਆਂ ਤੇ ਸਾਡੇ ਨਾਲ ਚਰਚਾ 'ਚ ਸ਼ਾਮਿਲ ਹੋਣ ਦੇ ਲਈ ਜਿਹੜੇ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ ਆ, ਸਰਦਾਰ ਕਰਨੈਲ ਸਿੰਘ ਪੰਜੌਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਨੇ, ਜਥੇਦਾਰ ਦੀਦਾਰ ਸਿੰਘ ਨਲਵੀ, ਹਰਿਆਣਾ ਅਕਾਲੀ ਦਲ ਦੇ ਬਹੁਤ ਸੀਨੀਅਰ ਆਗੂ, ਪ੍ਰੋਫੈਸਰ AS ਪ੍ਰਾਸ਼ਰ, ਸੀਨੀਅਰ ਮੋਸਟ ਜਰਨਲਿਸਟ ਚੰਡੀਗੜ੍ਹ। ਮੈਂ ਤਿੰਨਾਂ ਮਹਿਮਾਨਾਂ ਨੂੰ ਜੀ ਆਖਦਾ। ਪੰਜੋਲੀ ਸਾਹਿਬ, ਜਿਹੜੇ ਜਨਗਣਨਾ ਦੇ ਅੰਕੜੇ ਪੇਸ਼ ਹੋਏ ਆ ਉਹਦੇ ਮੁਤਾਬਕ ਜੋ ਨਜ਼ਰ ਆਇਆ ਜ਼ਾਹਰਾ ਤੌਰ 'ਤੇ, ਇਹ ਲੱਗਦਾ ਕਿ ਜਿਹੜੀ ਸਿੱਖ ਆਬਾਦੀ ਉਹ ਘਟਦੀ ਜਾ ਰਹੀ ਹੈ, ਕੁਝ ਲੋਕਾਂ ਨੇ ਇਹਦੇ 'ਤੇ ਚਿੰਤਾ ਦਾ ਵੀ ਪ੍ਰਗਟਾਵਾ ਕੀਤਾ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਮੈਂ ਇੱਕ ਗੱਲ ਜਿਹੜੀ ਹੈ ਸਭ ਤੋਂ ਵੱਡੀ ਇਹ ਸਮਝਦਾ ਵੀ ਜਿੱਥੋਂ ਤੱਕ ਤਾਂ ਸਾਡਾ ਪੋਲੀਟੀਕਲ ਮਕਸਦ ਹੈ ਜੀ, ਉੱਥੇ ਤੱਕ ਤਾਂ ਅਸੀਂ ਇਹ ਸਮਝਦੇ ਹਾਂ ਵੀ ਇਹ ਗੱਲ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈ ਜੀ ਜੀ, ਕਿਉਂਕਿ ਪੰਜਾਬ ਦੇਸ਼ ਦੇ ਅੰਦਰ ਸਿੱਖਾਂ ਕੋਲ ਕੇਵਲ ਇੱਕੋ ਹੀ ਖਿੱਤਾ ਹੈ ਜਿੱਥੇ ਲੈ ਦੇ ਕੇ ਸਿੱਖਾਂ ਦੀ ਸਰਕਾਰ ਬਣ ਸਕਦੀ ਹੈ ਜੀ, ਔਰ ਜਿਸ ਸਰਕਾਰ ਦਾ ਕਿਤੇ ਨਾ ਕਿਤੇ ਸੰਸਾਰ ਭਰ ਵਿੱਚ ਵੱਸਦੇ ਸਿੱਖਾਂ ਨੂੰ ਮਾੜੀ ਮੋਟੀ ਜਿਹੜੀ ਰਾਹਤ ਹੈ ਜੀ ਉਹ ਦੇਸ਼ ਅੰਦਰ ਅਤੇ ਵਿਦੇਸ਼ ਅੰਦਰ ਕਿਤੇ ਨਾ ਕਿਤੇ ਮਿਲ ਸਕਦੀ ਹੈ। ਪਰ ਜੇ ਦੂਜੇ ਪੱਖ ਤੋਂ ਅਸੀਂ ਵੇਖਣ ਦਾ ਯਤਨ ਵੇਖੀਏ, ਦੋ ਪੱਖ ਕਿਤੇ ਹੋਰ ਵੀ ਨੇ ਜੀ, ਇੱਕ ਪੱਖ ਜੁੜਿਆ ਹੋਇਆ ਆਰਥਿਕਤਾ ਨਾਲ ਅਤੇ ਇੱਕ ਪੱਖ ਜੁੜਿਆ ਹੋਇਆ ਧਰਮ ਦੇ ਨਾਲ ਜੀ ਜੀ। ਜੇ ਅਸੀਂ ਆਰਥਿਕ ਪੱਖ ਵੇਖਦੇ ਹਾਂ ਤਾਂ ਆਰਥਿਕ ਪੱਖ ਦਾ ਸਭ ਤੋਂ ਵੱਡਾ ਜਿਹੜਾ ਸਿੱਖੀ ਦਾ ਹਿੱਸਾ ਉਹ ਹੈ ਕਿਸਾਨੀ ਜੀ, ਜਿਹੜੇ ਕਿਸਾਨ ਲੋਕ ਨੇ ਜ਼ਿਆਦਾਤਰ ਉਹਨਾਂ ਦੀਆਂ ਜ਼ਮੀਨਾਂ ਦੀ ਵੰਡ ਹੋ ਗਈ, ਦੋ ਦੋ ਤਿੰਨ ਤਿੰਨ ਬੱਚੇ ਜਦੋਂ ਪਹਿਲਾਂ ਸੀ ਉਹ ਵੰਡੀਆਂ ਗਈਆਂ ਜ਼ਮੀਨਾਂ, ਅੱਜ ਹਾਲ ਇਹ ਤੇ ਨੇ, ਮੈਂ ਪਿੰਡ ਵਿੱਚ ਵੱਸਦਾ, ਮੈਂ ਪਿੰਡ ਵਿੱਚ ਵੇਖਦਾ ਜੀ ਜੀ, ਅਤੇ ਲੋਕਾਂ ਕੋਲ ਇੱਕ ਇੱਕ ਡੇਢ ਡੇਢ ਏਕੜ ਜ਼ਮੀਨ ਜਿਹੜੀ ਉਹ ਰਹਿ ਗਈ, ਅਤੇ ਆਰਥਿਕ ਤੌਰ 'ਤੇ ਵੀ ਲੋਕ ਜਿਹੜੇ ਨੇ ਇਸ ਪਾਸੇ ਉਹਨੂੰ ਤੁਰੇ ਨੇ ਕਿ ਉਹ ਵੱਧ ਬੱਚੇ ਪੈਦਾ ਨਹੀਂ ਕਰਨਾ ਚਾਹੁੰਦੇ। ਸਾਹਿਬ, ਕਈ ਹੋਰ ਵੀ ਕਾਰਨ ਹੈਗੇ, ਮੈਂ ਦੁਬਾਰਾ ਆਉਣਾ ਤੁਹਾਡੇ ਕੋਲ। ਨਲਵੀ ਸਾਹਿਬ, ਮੈਂ ਤੁਹਾਡੇ ਵੱਲ ਜਾਣ ਤੋਂ ਪਹਿਲਾਂ ਮੈਂ ਕੋਈ ਫੈਕਟਸ ਜਿਹੜੇ ਹੈਗੇ ਆਪਣੇ ਦਰਸ਼ਕਾਂ ਦੇ ਸਾਹਮਣੇ ਰੱਖਣਾ ਚਾਹੁੰਦਾ ਕਿ ਅਗਰ ਸਿੱਖ ਆਬਾਦੀ ਦੀ ਗੱਲ ਕਰਦੇ ਹਾਂ ਤਾਂ ਕਿਉਂ, ਜਿੱਦਾਂ ਪੰਜੌਲੀ ਸਾਹਿਬ ਨੇ ਕਿਹਾ ਜੀ ਪੋਲੀਟੀਕਲ ਤੌਰ 'ਤੇ ਗੱਲ ਕਰਦੇ ਹਾਂ, ਤਾਂ ਕਿਉਂ ਚਿੰਤਾ ਦਾ ਕਾਰਨ ਹੈ ਜਿਹੜੇ 2011 ਦੇ ਅੰਕੜੇ ਹੈ ਉਹਦੇ ਮੁਤਾਬਕ ਜਿਹੜੀ ਹਿੰਦੂ ਦੀ ਆਬਾਦੀ ਹੈ ਉਹ ਦੇਸ਼ 'ਚ ਆਬਾਦੀ ਦਾ ਇਸ ਵੇਲੇ 80% ਨਾਲੋਂ ਵੀ ਘੱਟ ਹਿੱਸਾ ਰਹਿ ਗਿਆ। ਆਬਾਦੀ ਵਧੀ ਹੈ ਪਰ ਹਿੰਦੂਆਂ ਦੀ ਆਬਾਦੀ ਵੀ ਜਿਹੜੀ ਹੈਗੀ ਹੈ ਹੇਠਾਂ ਗਈ ਹੈ। ਇਸੇ ਤਰੀਕੇ ਨਾਲ ਜਿਹੜੀ ਮੁਸਲਮਾਨਾਂ ਦੀ ਆਬਾਦੀ ਦੀ ਗਿਣਤੀ ਹੈ ਉਹ 14.2%, ਜੇ ਆਪਾਂ ਭਾਈਚਾਰਿਆਂ ਦੇ ਲਿਹਾਜ਼ ਨਾਲ ਦੇਖੀਏ ਤਾਂ ਮੁਸਲਿਮ ਪਾਪੂਲੇਸ਼ਨ ਵੀ ਥੋੜ੍ਹਾ ਪਿਛਲੇ ਦਹਾਕੇ ਦੇ ਮੁਕਾਬਲੇ 'ਚ ਘਟੀ ਹੈ, ਪਰ ਇਸ ਵੇਲੇ ਜੇ ਸਭ ਤੋਂ ਵੱਧ ਰਫ਼ਤਾਰ ਵਾਲੀ ਗੱਲ ਹੈ ਤਾਂ ਮੁਸਲਿਮ ਆਬਾਦੀ ਦੀ ਗੱਲ ਹੈ। ਈਸਾਈ ਭਾਈਚਾਰਾ ਉਹ 2.78% ਜਿਹੜੀ ਉਹਦੀ ਆਬਾਦੀ ਦੀ ਜਿਹੜੀ ਰਫ਼ਤਾਰ ਆ, ਹਾਲਾਂਕਿ ਕਿਹਾ ਜਾਂਦਾ ਕਿ ਬਹੁਤ ਸਾਰੇ ਲੋਕ ਜਿਹੜਾ ਕ੍ਰਿਸਚਨਿਟੀ ਨੂੰ ਅਪਣਾ ਰਹੇ ਆ, ਈਸਾਈ ਬਣ ਰਹੇ ਆ, ਪਰ ਇਹਨਾਂ ਅੰਕੜਿਆਂ 'ਚ ਇਹ ਗੱਲ ਕਿਤੇ ਸਾਬਤ ਨਹੀਂ ਹੁੰਦੀ। ਜਿਹੜੀ ਸਿੱਖ ਭਾਈਚਾਰੇ ਦੀ ਚਿੰਤਾ ਦੀ ਆਪਾਂ ਗੱਲ ਕਰਦੇ ਹਾਂ ਉਹ 2.08% ਜਿਹੜੀ ਹੈਗੀ ਫੀਸਦੀ ਆਬਾਦੀ ਜਿਹੜੀ ਸਿੱਖ ਭਾਈਚਾਰੇ ਦੀ
ਸਭ ਤੋਂ ਜਿਹੜੀ ਹੈਗੀ ਆ ਰਫ਼ਤਾਰ ਘਟਣ ਦੀ, ਇਹਦੇ 'ਚ ਕੁਝ ਹੋਰ ਤੱਥ ਮੈਂ ਦਰਸ਼ਕਾਂ ਦੇ ਸਾਹਮਣੇ ਉਹ ਲਿਆਉਣਾ ਚਾਹੁੰਦਾ ਕਿ ਪੰਜਾਬ 'ਚ ਜਿਹੜਾ ਇਹ ਅਨੁਪਾਤ ਹੈ ਘੱਟ ਕੇ 59.9 ਸੀ ਜਿਹੜਾ, ਉਹ ਹੁਣ 57.71 ਦੇ ਉੱਤੇ ਆ ਗਿਆ। ਜੇ ਆਪਾਂ ਫਿਗਰਸ ਜਿਹੜੀਆਂ ਹੈਗੀਆਂ ਦਹਾਕਿਆਂ ਦੇ ਮੁਤਾਬਕ ਇਸਦਾ ਕੰਪੈਰੀਜ਼ਨ ਕਰੀਏ ਤਾਂ 2001 ਤੋਂ ਲੈ ਕੇ 2011 ਤੱਕ ਜਿਹੜੀ ਹੈਗੀ ਹੈ ਇਹ 9.8% ਦੀ ਜਿਹੜੀ ਇਹਦੇ 'ਚ ਗਿਰਾਵਟ ਆਈ ਹੈ। ਜੇ ਪਿਛਲੇ 2001 ਦਾ ਜਿਹੜਾ ਦਹਾਕਾ ਹੈ ਉਹ ਦਹਾਕੇ ਦਾ ਆਪਾਂ ਕੰਪੈਰੀਜ਼ਨ ਕਰਦੇ ਹਾਂ ਤਾਂ 18.2% ਵਾਧੇ ਦੀ ਦਰ ਸੀ, ਜਿਹੜੀ 9% ਤੋਂ ਵੀ ਤੇਜ਼ੀ ਦੇ ਨਾਲ ਜਿਹੜੀ ਘੱਟ ਕੇ ਹੇਠਾਂ ਆਈ ਹੈ, ਜਿਹਦੇ ਕਰਕੇ ਸਿੱਖ ਹਲਕਿਆਂ 'ਚ ਚਿੰਤਾ ਦਾ ਕਾਰਨ ਰੀਜ਼ਨ ਕਈ ਹੋ ਸਕਦੇ ਆ। ਨਲਵੀ ਸਾਹਿਬ, ਜਿੱਦਾਂ ਮੈਂ ਤਸਵੀਰ ਪੇਸ਼ ਕੀਤੀ ਹੈ, ਤੁਸੀਂ ਲੰਬੇ ਸਮੇਂ ਤੋਂ ਸਿੱਖ ਭਾਈਚਾਰੇ ਦੇ ਨੇਤਾ ਵੀ ਹੋ, ਸਿੱਖ ਭਾਈਚਾਰੇ ਦੀ ਨੁਮਾਇੰਦਗੀ ਵੀ ਕਰਦੇ ਹੋ, ਤੁਸੀਂ ਇਸ ਇਸ਼ੂ ਨੂੰ ਕਿੱਦਾਂ ਦੇਖਦੇ ਹੋ? ਮੇਰੀ ਸੋਚ ਇਹ ਕਹਿੰਦੀ ਹੈ ਕਿ ਆਬਾਦੀ ਦਾ ਸੰਬੰਧ ਜੀ ਮਨੁੱਖ ਦੀ ਮਾਨਸਿਕਤਾ ਨਾਲ ਹੈ। ਜਿਵੇਂ ਜਿਵੇਂ ਕਿਸੇ ਮਨੁੱਖ ਦਾ ਮਾਨਸਿਕ ਪੱਧਰ ਉੱਚਾ ਹੁੰਦਾ ਜਾਂਦਾ ਜੀ ਜੀ, ਤਿਵੇਂ ਤਿਵੇਂ ਉਹ ਜ਼ਿੰਦਗੀ ਦੇ ਜਿਹੜੇ ਹੋਰ ਪਹਿਲੂ ਨੇ ਉਹਨਾਂ ਨੂੰ ਵਧੇਰੇ ਮਹੱਤਤਾ ਦਿੰਦਾ ਜੀ। ਜਿਹੜੀ ਬੱਚੇ ਦੀ ਗਿਣਤੀ ਦੇ ਵਿੱਚ ਵਾਧਾ ਕਰਨਾ ਇਹ ਪਸ਼ੂ ਬਿਰਤੀ ਹੈ, ਇਹ ਮਾਨਸਿਕ ਬਿਰਤੀ ਜਿਹੜੀ ਹੈ ਨਾ। ਜਿਵੇਂ ਜਿਵੇਂ ਸਹਿਮਤ ਨਹੀਂ ਕਿ ਆਬਾਦੀ ਦਾ ਵਾਧਾ ਹੀ ਇੱਕ ਜਿਹੜਾ ਆਪਣੇ ਆਪ 'ਚ ਬਹੁਤ ਵੱਡੀ ਚੇਂਜ ਹੈ? ਆਰਥਿਕ ਪੱਖਾਂ ਨਾਲ ਮੈਂ ਸਹਿਮਤ ਹਾਂ ਪੰਜੌਲੀ ਸਾਹਿਬ ਨੇ ਜੋ ਗੱਲ ਕਹੀ ਹੈ, ਪਰ ਜੇ ਬਿਹਾਰ ਦੀ ਗੱਲ ਵੇਖੀਏ ਤਾਂ ਉੱਥੇ ਗਰੀਬੀ ਵੀ ਬਹੁਤ ਹੈ ਅਤੇ ਆਬਾਦੀ ਵੀ ਬਹੁਤ ਵਧੀਆ। ਆਬਾਦੀ ਦਾ ਵਧਣ ਦਾ ਸੰਬੰਧ ਗੁਰਬਤ ਨਾਲ ਹੈ ਜੀ। ਜਦੋਂ ਬੰਦੇ ਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ ਕਿ ਬੱਚੇ ਪੈਦਾ ਕਰਨ ਦਾ ਅਰਥ ਕੀ ਹੈ, ਬੱਚੇ ਕਿਸ ਗੱਲ ਵਾਸਤੇ ਪੈਦਾ ਕੀਤੇ ਜਾਂਦੇ ਨੇ ਜੀ, ਗੁਣ ਆਤਮਿਕਤਾ ਜਿਹੜੀ ਹੈ ਨਾ ਉਹ ਅੱਜ ਦੇ ਯੁੱਗ ਦੀ ਸਭ ਤੋਂ ਪਹਿਲੀ ਵੱਡੀ ਮੁੱਖ ਸੋਚ ਹੈ। ਅੱਜ ਤੋਂ 40 ਸਾਲ 50 ਸਾਲ ਪਹਿਲੋਂ ਜਿਹੜੀਆਂ ਸਾਡੀਆਂ ਮਾਤਾਵਾਂ, ਸਾਡੀਆਂ ਦਾਦੀਆਂ, ਨਾਨੀਆਂ, ਜੋ ਉਹਨਾਂ ਦਾ ਪਹਿਰਾਵਾ ਸੀ, ਜੋ ਜ਼ਿੰਦਗੀ ਪ੍ਰਤੀ ਉਹਨਾਂ ਦਾ ਦ੍ਰਿਸ਼ਟੀਕੋਣ ਸੀ, ਜੋ ਸਾਡੇ ਬਜ਼ੁਰਗਾਂ ਦਾ ਦ੍ਰਿਸ਼ਟੀਕੋਣ ਸੀ ਜੀ ਜੀ, ਉਹ ਅੱਜ ਦੀ ਪੀੜ੍ਹੀ ਦਾ ਨਹੀਂ ਹੈਗਾ। ਬਹੁਤ ਕੁਝ ਬਦਲ ਗਿਆ ਉਹਨਾਂ ਪੀੜ੍ਹੀਆਂ ਦੇ ਨਾਲ, ਸੋਚ ਬਿਲਕੁਲ ਬਦਲ ਗਈ ਹੈ ਜੀ। ਲੋਕ ਇਸ ਵਕਤ ਕੁਆਲੀਟੇਟਿਵ ਜਿਹੜੀ ਜ਼ਿੰਦਗੀ ਹੈ ਨਾ ਉਹ ਜਿਉਣਾ ਚਾਹੁੰਦੇ, ਉਹਦੇ ਹੱਕ 'ਚ ਹੈ। ਓਕੇ ਨਲਵੀ ਸਾਹਿਬ, ਆਪਾਂ ਮੁੱਦੇ 'ਤੇ ਦੁਬਾਰਾ ਚਰਚਾ ਕਰਦੇ ਹਾਂ। ਪਰ ਅਸ਼ੀ ਜੀ, ਤੁਸੀਂ ਇਸ ਨੂੰ ਸਾਰੇ ਕਿਸ ਨਜ਼ਰੀਏ ਤੋਂ ਦੇਖਦੇ ਹੋ? ਜਗਤਾਰ ਜੀ, ਮੈਂ ਸਮਝਦਾ ਹਾਂ ਕਿ ਇਸ ਇਸ਼ੂ ਦੇ ਨਾ ਦੋ ਪਹਿਲੂ ਹੈ ਜੀ, ਕਿ ਇੱਕ ਤਾਂ ਸਿੱਖਾਂ ਦੇ ਜਿਹੜੇ ਓਵਰਆਲ ਆਬਾਦੀ, ਦੇਸ਼ ਦੀ ਆਬਾਦੀ ਦੀ ਉਹਦੇ ਵਿੱਚ ਗਿਰਾਵਟ ਆਈ ਹੈ, ਔਰ ਦੂਜੀ ਜਿਹੜੀ ਹੈ ਕਿ ਇਹਨਾਂ ਦੀ ਜਿਹੜੀ ਵਿਰਧੀ ਦੀ ਦਰ ਹੈ, ਜਿਹੜੀ ਗਰੋਥ ਰੇਟ ਹੈ, ਉਹਦੇ ਵਿੱਚ ਵੀ ਗਿਰਾਵਟ ਆਈ ਹੈ। ਇਹ ਡਬਲ ਵਹਿਮੀ ਹੈ ਜੀ, ਇੱਕ ਤਾਂ ਟੋਟਲ ਮੁਲਕ ਦੀ ਪਾਪੂਲੇਸ਼ਨ ਉਹਦੇ ਵਿੱਚ ਘਾਟਾ ਆ ਗਿਆ, ਔਰ ਦੂਜਾ ਇਹਨਾਂ ਦੀ ਗਰੋਥ ਦਰ ਦੇ ਵਿੱਚ ਵੀ ਘਾਟਾ ਆ ਗਿਆ। ਇੱਕ ਟਿਕਟ ਦੇ ਮੁਕਾਬਲੇ 'ਚ ਅੱਧੀ ਲਗਭਗ ਅੱਧੀ ਜ਼ਿਆਦਾ ਘਟੀ ਹੈ, ਯੈਸ ਇੰਨਾ ਜ਼ਿਆਦਾ ਡਾਊਨ, ਜਿਹੜੀ ਕਿ ਮੈਂ ਸਮਝਦਾ ਹਾਂ ਕਿ ਇਟ ਦੇ ਕੌਜ਼ ਫੋਰ ਕੰਸਰਨ ਫੋਰ ਐਵਰੀਬਡੀ, ਸਿਰਫ ਸਿੱਖ ਕਮਿਊਨਿਟੀ ਲਈ ਨਹੀਂ ਜੀ, ਸਾਰੇ ਦੇਸ਼ ਲਈ ਜਿਹੜਾ ਹੈ ਇਹ ਕੰਸਰਨ ਦੀ ਗੱਲ ਹੈ। ਹੁਣ ਆਪਾਂ ਜੇ ਐਗਜ਼ਾਮਿਨ ਕਰੀਏ ਕਿ ਇਹ ਕਿਉਂ ਹੈਗਾ, ਜਿਸ ਤਰ੍ਹਾਂ ਕਿ ਪੰਜੋਲੀ ਜੀ ਨੇ ਔਰ ਨਲਵੀ ਸਾਹਿਬ ਨੇ ਕਿਹਾ ਹੈ ਜੀ, ਇਹਦੇ ਦੋ, ਇੱਕ ਤਾਂ ਇਕੋਨਮੀ ਦੇ ਨਾਲ ਜੁੜਿਆ ਹੋਇਆ ਹੈ। ਦੇਖੋ, ਇਹ ਜਿਉਂ ਜਿਉਂ ਬੰਦਾ ਜਿਹੜਾ ਪ੍ਰੋਸਪਰਸ ਹੁੰਦਾ ਹੈ, ਉਹਦੇ ਵਿੱਚ ਜਿਹੜੀ ਹੈ ਆਪਣੀ ਜ਼ਿੰਦਗੀ ਸੁਧਾਰਨ ਲਈ ਉਹ ਬੱਚੇ ਵੀ ਘੱਟ ਪੈਦਾ ਕਰਨਾ ਚਾਹੁੰਦਾ ਹੈ, ਉਹ ਜਿਉਂ ਜਿਉਂ ਐਜੂਕੇਸ਼ਨ ਨਾਲ ਵੀ ਜੁੜਿਆ ਹੈ, ਉਹਨਾਂ ਦਾ ਜਿਹੜਾ ਲਾਈਫ ਸਟਾਈਲ ਹੈ, ਲਾਈਫ ਦੀ ਜਿਹੜੀ ਲੈਵਲ ਹੈ, ਸੋਰਸ ਦੇ ਮੁਤਾਬਕ ਆਪਣੀ ਫੈਮਿਲੀ ਨੂੰ ਚਾਹੁੰਦਾ, ਉਹਦੇ ਵਿੱਚ ਚਾਹੁੰਦੇ ਹੈ ਤਾਂ ਕਿ ਅੱਛੀ ਜ਼ਿੰਦਗੀ ਗੁਜ਼ਰ ਸਕੇ। ਓਕੇ, ਇਸ ਤੋਂ ਇਲਾਵਾ ਇੱਕ ਜਿਹੜਾ ਹੋਰ ਹੈ ਕਿ ਸਿੱਖ ਪਾਪੂਲੇਸ਼ਨ ਜਿਹੜੀ ਹੈ ਉਹ ਹੋਰਨਾਂ ਦੇਸ਼ਾਂ ਵਿੱਚ ਮਾਈਗ੍ਰੇਟ ਕਰ ਰਹੀ ਹੈ, ਲਗਾਤਾਰ ਕਰਦੀ ਰਹੀ ਹੈ, ਉਹ ਵੀ ਇਸ ਕਰਕੇ ਕਿ ਜੀਵਨ ਦਾ ਪੱਧਰ ਉੱਪਰ ਨੂੰ ਉਛਾਲਣ ਲਈ, ਉਹਨੂੰ ਵਧਾਉਣ ਲਈ ਬਾਹਰ, ਚਾਹੇ ਕੈਨੇਡਾ, US, ਆਸਟ੍ਰੇਲੀਆ, ਨਿਊਜ਼ੀਲੈਂਡ,
ਇੰਗਲੈਂਡ ਇਹ ਸਾਰਿਆਂ ਵੱਲੋਂ ਮਾਈਗ੍ਰੇਟ ਕਰ ਰਹੀ ਹੈ, ਇਹ ਵੀ ਇੱਕ ਵੱਡਾ ਕਾਰਨ ਹੈ ਜਿਹਦੇ ਕਰਕੇ ਜਿਹੜੀ ਆਬਾਦੀ ਜਿਹੜੀ ਹੈਗੀ ਆ ਘੱਟ ਰਹੀ ਹੈ। ਸਰ ਜਿਹੜੇ ਇਹਨਾਂ ਦਾ ਕਹਿਣਾ ਜਿੱਥੋਂ ਆਪਾਂ ਗੱਲ ਕਰਦੇ ਹਾਂ ਇਕਨੋਮਿਕ ਫੈਕਟਰ ਅਤੇ ਦੂਜੇ ਕਾਰਨ ਖੁਸ਼ਹਾਲੀ ਦੀ ਗੱਲ ਕਰਦੇ ਹਾਂ, ਪ੍ਰਾਸ਼ਰ ਜੀ ਨੇ ਜਿਹੜਾ ਐਂਗਲ ਲਿਆ ਮੈਂ ਸਮਝਦਾ ਇਹ ਵੀ ਬੜਾ ਇੰਪੋਰਟੈਂਟ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਿੱਖ ਭਾਈਚਾਰਾ ਜਾਂ ਪੰਜਾਬੀ ਭਾਈਚਾਰਾ ਜਦੋਂ ਵੀ ਉਹਨਾਂ ਨੂੰ ਮੌਕਾ ਮਿਲੇ, ਚਾਹੇ ਅਮੈਰੀਕਾ ਦੀ ਗੱਲ ਹੈ, ਕੈਨੇਡਾ ਦੀ ਗੱਲ ਹੈ, ਦੂਜੇ ਕੰਟਰੀਜ਼ ਦੀ ਗੱਲ ਹੈ, ਜਾਇਜ਼ ਨਜਾਇਜ਼ ਤਰੀਕੇ ਨਾਲ ਉਹ ਕਹਿੰਦੇ ਕਿ ਅਸੀਂ ਫੋਰਨ 'ਚ ਜਾਣਾ ਚਾਹੁੰਦੇ, ਇਹ ਵੀ ਇੱਕ ਵਜ੍ਹਾ ਹੈਗੀ। ਦੇਖੋ ਇਹ ਗੱਲ ਵੀ ਇੱਕ ਆਰਥਿਕਤਾ ਨਾਲ ਜੁੜੀ ਹੋਈ ਗੱਲ ਹੈ। ਓਕੇ, ਵੀ ਇੱਥੇ ਜ਼ਮੀਨਾਂ ਘੱਟ ਗਈਆਂ, ਸੋਰਸ ਆਫ ਇਨਕਮ ਨਹੀਂ ਹੈਗੀ ਰਿਹਾ ਜੀ, ਉਹਦੇ ਕਾਰਨ ਇਹਨਾਂ ਨੇ ਆਪਣੇ ਬੱਚੇ ਪੜ੍ਹਾਏ, ਬੱਚਿਆਂ ਨੂੰ ਪੜ੍ਹਾ ਕੇ ਵਿਦਿਆਰਥੀਆਂ ਨੂੰ ਹੀ ਛੋਟੇ ਛੋਟੇ ਬੱਚਿਆਂ ਨੂੰ ਵਿਦਿਆਰਥੀਆਂ ਦੇ ਰੂਪ ਦੇ ਵਿੱਚ ਵਿਦੇਸ਼ਾਂ ਵਿੱਚ ਭੇਜਿਆ, ਉੱਥੇ ਗਾਂ ਅੱਗੇ ਉਹਨਾਂ ਦੀਆਂ ਸ਼ਾਦੀਆਂ ਕਰਕੇ ਪਰਿਵਾਰਾਂ ਦੇ ਪਰਿਵਾਰ ਉੱਥੇ ਮਾਈਗ੍ਰੇਟ ਹੋ ਗਏ ਜੀ। ਇਹ ਕਾਰਨ ਆਰਥਿਕਤਾ ਨਾਲ ਜੁੜਿਆ ਹੋਇਆ ਹੈ ਜਿਸ ਕਰਕੇ ਉਹਨਾਂ ਨੂੰ ਫੋਰਨ ਦੇ ਵਿਦੇਸ਼ਾਂ ਵਿੱਚ ਜਾਣਾ ਪਿਆ। ਪਰ ਮੈਂ ਇੱਕ ਗੱਲ ਜਿਹੜੀ ਸਾਡੇ ਧਰਮ ਦੀ ਗੱਲ ਹੈ, ਸਾਡੀ ਸਿੱਖੀ ਦੀ ਗੱਲ ਹੈ, ਸਾਡੇ ਸਿਧਾਂਤ ਦੀ ਗੱਲ ਹੈ ਜੀ, ਦੇਖੋ ਮਨੁੱਖ ਨੂੰ ਜਿਸ ਜਿਹੜਾ ਮਾਡਲ ਆ ਮਨੁੱਖ ਦਾ, ਖਾਲਸੇ ਦਾ, ਸਿੱਖ ਦਾ, ਗੁਰੂ ਸਾਹਿਬ ਨੇ ਘੜਿਆ ਨਾ ਜੀ, ਉਹ ਮਾਡਲ ਆਪਣੇ ਆਪ ਵਿੱਚ ਸੰਸਾਰ 'ਚ ਇੱਕ ਵਿਲੱਖਣ ਮਤਲਬ ਵਿਲੱਖਣਤਾ ਰੱਖਦਾ ਅਤੇ ਉਸ ਮਾਡਲ ਤੋਂ ਅਸੀਂ ਥਿੜਕੇ ਹੋਏ ਹਾਂ ਕਿਤੇ ਨਾ ਕਿਤੇ। ਸਰ ਜਿਹੜੀ ਇਹਨਾਂ ਨੇ ਗੱਲ ਕੀਤੀ ਕਿ ਜਿਹੜਾ ਗੁਰੂ ਸਾਹਿਬਾਂ ਨੇ ਮਾਡਲ ਦਿੱਤਾ ਸਾਨੂੰ, ਅਸੀਂ ਉਸ ਮਾਡਲ ਤੋਂ ਹੀ ਥਿੜਕੇ ਗਏ, ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਮੈਨੂੰ ਇਸ ਗੱਲ ਦੀ ਸਮਝ ਨਹੀਂ ਪੈ ਰਹੀ ਵੀ ਕਿਸ ਮਾਡਲ ਦੀ ਗੱਲ ਕਰ ਰਹੇ ਨੇ, ਪਰ ਆਪਣਾ ਵਿਸ਼ਾ ਆਬਾਦੀ ਦਾ ਹੈ ਜੀ ਜੀ, ਜਨ ਆਬਾਦੀ ਦਾ ਹੈ। ਤਾਂ ਦਸੇ ਗੁਰੂ ਸਾਹਿਬਾਨ ਦੀ ਜਿਹੜੀ ਔਲਾਦ ਦੀ ਸੰਖਿਆ ਸੀ ਉਸ ਵਕਤ ਦੀ ਐਵਰੇਜ ਬੰਦੇ ਦੇ ਬੱਚੇ 6 ਤੋਂ ਲੱਗ ਕੇ 10 12 13 ਤੱਕ ਹੋਇਆ ਕਰਦੇ ਸਨ ਉਸ ਵਕਤ ਜੀ, ਅੱਜ ਤੋਂ 50 ਸਾਲ ਵੀ ਇਸੇ ਤਰ੍ਹਾਂ ਜੀ ਜੀ। ਤਾਂ ਮੈਂ ਨਹੀਂ ਸਮਝਦਾ ਕਿ ਗੁਰੂ ਸਾਹਿਬ ਨੇ ਇਸ ਗੱਲ ਨੂੰ ਕੋਈ ਬਹੁਤੀ ਮਹੱਤਤਾ ਦਿੱਤੀ ਹੋਵੇ। ਗੁਰੂ ਸਾਹਿਬ ਨੂੰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਬੇਟਾ ਉਹਨੇ ਹਿੰਦੁਸਤਾਨ ਦਾ ਦੁਨੀਆ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਤਾਂ ਮੇਰਾ ਤਾਂ ਇਹੀ ਸੋਚ ਹੈ ਜੀ ਕਿ ਕੁਆਲਿਟੀ ਇਹ ਬਹੁਤ ਜ਼ਰੂਰੀ ਹੈ ਨਲਵੀ ਸਰ, ਮੈਂ ਕੁਆਂਟੀਟੀ ਨਹੀਂ। ਓਕੇ, ਮੈਂ ਆਉਣਾ ਇਸ ਮੁੱਦੇ ਤੇ, ਸਾਡੀ ਅਰਿਸਟਾਟਲ ਦੇ ਸਿਰ ਤੇ। ਓਕੇ ਨਲਵੀ, ਸਾਡੀ ਮਜਬੂਰੀ ਹੈ, ਵਕਤ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਅਸੀਂ ਆਪਣੇ ਮਹਿਮਾਨਾਂ ਦੇ ਨਾਲ ਚਰਚਾ ਕਰ ਰਹੇ ਹਾਂ ਜਿਹੜੇ ਜਨਗਣਨਾ ਦੀ ਰਿਪੋਰਟ ਆਈ ਹੈ ਉਹਦੇ ਮੁਤਾਬਕ ਦੇਸ਼ ਦੀ ਕਿਹੋ ਜਿਹੀ ਤਸਵੀਰ, ਖਾਸ ਤੌਰ ਤੇ ਜਿਸ ਖਿੱਤੇ ਨਾਲ ਅਸੀਂ ਸੰਬੰਧ ਰੱਖਦੇ ਹਾਂ, ਪੰਜਾਬੀ ਦੀ ਗੱਲ ਕਰੀਏ, ਸਿੱਖਾਂ ਦੀ ਗੱਲ ਕਰੀਏ, ਉਹ ਕਿੱਦਾਂ ਸੋਚਦੇ ਆ, ਇਹਨਾਂ ਮੁੱਦਿਆਂ ਦੇ ਕਈ ਅਹਿਮ ਸਵਾਲ ਹੈ, ਚਰਚਾ ਕਰਾਂਗੇ ਬ੍ਰੇਕ ਦੇ ਬਾਅਦ। ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਨਲਵੀ ਸਾਹਿਬ, ਬ੍ਰੇਕ ਤੋਂ ਪਹਿਲਾਂ ਆਪਾਂ ਜਿਸ ਮੁੱਦੇ ਨੂੰ ਲੈ ਕੇ ਚਰਚਾ ਕਰ ਰਹੇ ਸੀ, ਤੁਸੀਂ ਕਹਿਣਾ ਸੀ ਕਿ ਵੀ ਗੱਲ ਇਹ ਨਹੀਂ ਕਿ ਗੁਰੂਆਂ ਦੇ ਮਾਡਲ ਦੀ ਗੱਲ ਹੈਗੀ ਹੈ ਕਿ ਕਿਸ ਤਰ੍ਹਾਂ ਦੀ ਆਬਾਦੀ ਹੋਣੀ ਚਾਹੀਦੀ ਹੈ ਜਾਂ ਕਿਸ ਤਰ੍ਹਾਂ ਦੀ ਇੱਕ ਕੁਆਲਿਟੀ ਦੇ ਵਿੱਚ ਚੇਂਜ ਆਉਣੀ ਚਾਹੀਦੀ ਹੈ, ਇਸ ਮੁੱਦੇ 'ਤੇ ਤੁਸੀਂ ਆਪਣੀ ਰਾਏ ਦੇ ਰਹੇ ਸੀ। ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਆਬਾਦੀ ਜਿਹੜੀ ਹੈ ਨਾ ਉਹਦਾ ਸੰਬੰਧ ਮਨੁੱਖੀ ਸੋਚ ਨਾਲ ਹੈ ਜੀ। ਜਿਵੇਂ ਜਿਵੇਂ ਮਨੁੱਖੀ ਸੋਚ ਬਦਲਦੀ ਰਹਿੰਦੀ ਹੈ ਤਿਵੇਂ ਤਿਵੇਂ ਆਬਾਦੀ ਦਾ ਜਿਹੜਾ ਕਨਸੈਪਟ ਹੈ ਉਹ ਵੀ ਚੇਂਜ ਆਉਂਦੀ ਰਹਿੰਦੀ ਹੈ, ਬੰਦੇ ਦਾ ਉਸ ਵਿੱਚ ਚੇਂਜ ਆਉਂਦੀ ਰਹਿੰਦੀ ਹੈ। ਹੁਣ ਜੇ ਅੱਜ ਦੇ ਸੰਦਰਭ ਵਿੱਚ ਵੇਖੀਏ ਸਾਰੇ ਯੂਰਪ ਦੀ ਜਿਹੜੀ ਆਬਾਦੀ ਹੈ ਨਾ ਉਹ ਘੱਟ ਰਹੀ ਹੈ ਅਤੇ ਉਹਨਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ। ਬੰਦੇ ਮੈਕੇਨਾਈਜ਼ ਹੋ ਕੇ ਬਟਨ ਨੱਪਦੇ ਨੇ ਕੰਮ ਹੁੰਦਾ ਹੈ, ਮੈਨ ਪਾਵਰ ਜਿਹੜੀ ਹੈ ਨਾ ਇਟ ਇਜ਼ ਏ ਟੋਟਲ ਨਿਊ ਸੈਂਸ, ਇਰਰੈਲੇਵੈਂਟ ਹੋ ਰਹੀ ਹੈ, ਇਰਰੈਲੇਵੈਂਟ ਹੈ, ਟੂ ਮੱਚ ਆਫ ਮੈਨ ਪਾਵਰ। ਜੇ ਆਪਾਂ ਗੱਲ ਵੇਖੀਏ ਇਸਰਾਈਲ, ਬਹੁਤ ਛੋਟਾ ਮੁਲਕ ਕੱਲ੍ਹ ਬਣਿਆ, ਬਹੁਤ ਛੋਟੀ ਕੌਮ ਕੱਲ੍ਹ ਹੋਂਦ ਵਿੱਚ ਆਈ ਹੈ, ਰਾਜ ਸੱਤਾ ਉਹਨਾਂ ਨੂੰ ਹੋਂਦ ਸੰਬੰਧੀ ਹੈ, ਸਾਰੇ ਅਰਬ ਨੂੰ ਲੱਥ ਪਾਈ ਹੋਈ ਹੈ ਜੀ ਜੀ ਜੀ। ਜੰਗਲ ਵਿੱਚ ਇੱਕ ਸ਼ੇਰ ਹੁੰਦਾ ਹੈ, ਸੋ ਤੁਹਾਡੇ ਲਈ ਉਹਦਾ ਮੁੱਲ ਹੈ, ਕੁਆਲਿਟੀ ਦੂਜਿਆਂ ਦਾ ਕੋਈ ਮੁੱਲ ਨਹੀਂ ਜੀ ਜੀ। ਪ੍ਰਾਸ਼ੀ ਜੀ, ਇਸ ਮੁੱਦੇ 'ਤੇ ਜਦੋਂ ਗੱਲ ਕਰਦੇ ਆਪਾਂ ਕੁਆਲਿਟੀ ਦੀ, ਜਿਹੜੇ ਚੰਗੀ ਸੋਚ ਵਾਲੇ ਲੋਕ ਹੈ ਜਿਹੜਾ ਹੈਗਾ, ਇਸ ਮੁੱਦੇ 'ਤੇ ਤੁਹਾਡਾ ਕੀ ਰਾਇ ਹੈ? ਜਿਸ ਗੱਲ ਦੀ ਅੱਜ ਹੈ ਕਿ ਸਿੱਖ ਕਮਿਊਨਿਟੀ ਇੱਕ ਬੜੀ ਡਾਇਨਾਮਿਕ ਕਮਿਊਨਿਟੀ ਹੈ, ਔਰ ਜਿੱਥੇ ਕਿਤੇ ਵੀ ਗਏ ਹੈ
ਇਹਨਾਂ ਨੇ ਪਹਿਲਕਦਮੀ ਕਰਦੇ ਹੋਏ ਉੱਥੇ ਦੀ ਪ੍ਰੋਸਪੈਰਿਟੀ, ਉੱਥੇ ਦੀ ਤਰੱਕੀ ਦੇ ਵਿੱਚ ਪੂਰਾ ਯੋਗਦਾਨ ਪਾਇਆ ਜੀ ਜੀ। ਔਰ ਮੈਨੂੰ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦਾ ਇੱਕ ਐਪੀਸੋਡ ਯਾਦ ਆਉਂਦਾ ਹੈ ਓਕੇ, ਕਿ ਉਹ ਘੁੰਮਦੇ ਘੁੰਮਦੇ ਜਿਸਦੇ ਕਿਸੇ ਪਿੰਡ 'ਚ ਗਏ ਤਾਂ ਉੱਥੇ ਦੇ ਪਿੰਡ ਵਾਲਿਆਂ ਨੇ ਉਹਨਾਂ ਦੀ ਕੋਈ ਖਾਸ ਰਿਸਪੋਂਸ ਨਹੀਂ ਦਿੱਤੀ ਉਹਨਾਂ ਨੂੰ, ਤਾਂ ਉਹਨਾਂ ਨੇ ਅਸ਼ੀਰਵਾਦ ਦੇ ਤੌਰ 'ਤੇ ਰਿਹਾ ਕਿ ਤੁਸੀਂ ਇੱਥੇ ਹੀ ਰਹੋ, ਇੱਥੇ ਹੀ ਵਸੇ ਰਹੋ। ਔਰ ਦੂਜੇ ਪਿੰਡ 'ਚ ਜਿੱਥੇ ਉਹਨਾਂ ਨੂੰ ਬਹੁਤ ਅੱਛੀ ਰਿਸਪੋਂਸ ਮਿਲੀ, ਪੂਰੀ ਸੇਵਾ ਹੋਈ, ਉਹਨਾਂ ਨੂੰ ਉੱਥੇ ਕਹਿਤਾ ਕਿ ਮੈਂ ਸਮਝਦਾ ਹਾਂ ਕਿ ਤੁਸੀਂ ਸਾਰੇ ਚਾਰੋਂ ਪਾਸੇ ਖਿਲਰ ਜਾਓ ਓਕੇ। ਤਾਂ ਉਹ ਪਰ ਕਿਸੇ ਜਿਸਲੇ ਪੁੱਛਿਆ ਕਿ ਜੀ ਇਹ ਤੁਸੀਂ ਉਲਟਾ ਜਿਹਾ ਕੋਈ ਦੇ ਦਿੱਤਾ ਹੈ ਅਸ਼ੀਰਵਾਦ ਉਲਟਾ ਦਿੱਤਾ ਹੈ, ਤਾਂ ਉਹ ਕਹਿੰਦੇ ਨਹੀਂ, ਮੈਂ ਚਾਹੁੰਦਾ ਹੈ ਕਿ ਜਿਹੜੇ ਮਾੜੇ ਬੰਦੇ ਉਹ ਇੱਕ ਜਗ੍ਹਾ ਰਹਿਣ ਅਤੇ ਜਿਹੜੇ ਚੰਗੇ ਬੰਦੇ ਉਹ ਚਾਰੋਂ ਪਾਸੇ ਖਿਲਰ ਜਾਣ ਸਾਰੀ ਦੁਨੀਆਂ 'ਚ, ਤਾਂ ਕਿ ਆਪਣੀ ਚੰਗਿਆਈ ਜਿਹੜੀ ਹੈ ਉਹ ਹਰ 'ਚ ਬਣ ਸਕੇ ਜੀ। ਤਾਂ ਮੈਂ ਸਮਝਦਾ ਕਿ ਸਿੱਖ ਕਮਿਊਨਿਟੀ ਜਿਸ ਤਰ੍ਹਾਂ ਕਿ ਸਾਰੇ ਦੁਨੀਆਂ ਦੇ ਵਿੱਚ ਫੈਲ ਰਹੀ ਹੈ, ਉੱਥੇ ਜਾ ਕੇ ਉਹਨਾਂ ਦੀ ਜਿਹੜੀ ਪ੍ਰੋਗਰੈਸ ਦਾ ਹਿੱਸਾ ਬਣ ਰਹੀ ਹੈ ਜੀ, ਇਹ ਬੜੀ ਅੱਛੀ ਗੱਲ ਹੈ। ਔਰ ਇਹਦੇ ਵਿੱਚ ਚਿੰਤਾ ਘੱਟ ਔਰ ਖੁਸ਼ੀ ਜ਼ਿਆਦਾ ਹੋਣੀ ਚਾਹੀਦੀ, ਬੜਾ ਵੱਡਾ ਰੋਲ ਜਿਹੜਾ ਹੈਗਾ ਸਰ ਇਹ ਸਾਰੇ ਇਸ਼ੂ ਦੇ ਨਾਲ। ਜਦੋਂ ਆਪਾਂ ਆਬਾਦੀ ਦੀ ਗੱਲ ਕਰਦੇ ਹਾਂ, ਜਦੋਂ ਕਹਿ ਵੀ ਕਈ ਧਾਰਮਿਕ ਗੁਰੂ ਨੇਤਾ ਇਸ ਗੱਲ 'ਤੇ ਚਿੰਤਾ ਪ੍ਰਗਟ ਕਰਦੇ ਆ, ਕਈ ਆਪਣੀ ਖੁਸ਼ੀ ਦੀ ਗੱਲ ਵੀ ਕਰਦੇ ਆ, ਕੀ ਜਿਹੜੇ ਆਬਾਦੀ ਦਾ ਵਾਧਾ ਹੈਗਾ ਕਿਸੇ ਦੀ ਜ਼ਿਆਦਾ ਆਬਾਦੀ, ਉਹ ਉਸ ਧਰਮ ਦੀ ਸੁਰੱਖਿਆ ਦੀ ਗਰੰਟੀ ਆ ਆਪਣੇ ਆਪ 'ਚ ਕਿ ਉਹਦੀ ਆਬਾਦੀ ਜ਼ਿਆਦਾ ਅਤੇ ਧਰਮ ਦੀ ਸੁਰੱਖਿਆ ਹੋਏਗੀ ਇਹਦੇ ਨਾਲ? ਦੇਖੋ, ਮੈਂ ਇਹ ਗੱਲ ਨਾਲ ਤਾਂ ਨਹੀਂ ਸਹਿਮਤ ਹੈਗਾ ਵੀ ਮਤਲਬ ਆਬਾਦੀ ਨਾਲ ਕਿਤੇ ਸਾਡੇ ਧਰਮ ਦੀ ਸੁਰੱਖਿਆ ਹੋਏਗੀ। ਨਲਵੀ ਸਾਹਿਬ ਨੇ ਜਿਹੜੀ ਗੱਲ ਪਹਿਲਾਂ ਕਹੀ ਸੀ ਨਾ ਵੀ ਇਹ ਮਾਨਸਿਕਤਾ ਨਾਲ ਵੀ ਜੁੜੀ ਹੋਈ ਗੱਲ ਹੈ, ਮੈਂ ਇਸ ਗੱਲ ਦੀ ਤਾਈਦ ਕਰਦਾ ਵੀ ਜੀ ਜੀ। ਦੇਖੋ, ਇਹ ਸਭ ਤੋਂ ਵੱਡੀ ਜ਼ਰੂਰਤ ਹੈ ਅੱਜ ਦੇ ਯੁੱਗ ਦੇ ਅੰਦਰ ਕਿ ਅਸੀਂ ਚੰਗੀ ਐਜੂਕੇਸ਼ਨ ਗ੍ਰਹਿਣ ਕਰੀਏ, ਚੰਗਾ ਸਾਡਾ ਰਹਿਣ ਸਹਿਣ ਹੋਵੇ, ਸਾਡਾ ਕਰੈਕਟਰ ਇੰਨਾ ਉੱਚਾ ਹੋਵੇ ਕਿ ਜੇ ਮਤਲਬ ਸਾਨੂੰ ਵੇਖ ਕੇ, ਸਾਡੇ ਜੀਵਨ ਨੂੰ ਵੇਖ ਕੇ ਜੀ ਜੀ ਦੂਜੀਆਂ ਜਿਹੜੀਆਂ ਕਮਿਊਨਿਟੀਆਂ ਦੇ ਲੋਕ ਨੇ ਉਹ ਆਪਣੇ ਆਪ ਹੀ ਸਿੰਘ ਸਾਜਣ, ਸਾਡੀ ਕੌਮ 'ਚ ਜਿੰਨਾ ਮਰਜ਼ੀ ਵਾਧਾ ਕਰ ਲਓ, ਕਿੱਡੀ ਕੁ ਵੱਡੀ ਪ੍ਰੋਬਲਮ ਹੈ ਜੀ ਜੀ। ਨਲੀ ਸਾਹਿਬ, ਇਸ ਮੁੱਦੇ ਨਾਲ ਇਹ ਵੀ ਬਹੁਤ ਵੱਡਾ ਹੈ ਕਿ ਪਹਿਲੂ ਜੁੜਿਆ ਜਦੋਂ ਇਹ ਰਿਪੋਰਟ ਸਾਹਮਣੇ ਆਈ ਹੈ, ਜਿੱਦਾਂ ਦੇ ਕਮੈਂਟਸ ਆ ਰਹੇ ਆ, ਵੱਖ ਵੱਖ ਧਰਮਾਂ ਦੇ ਕੁਛ ਲੋਕਾਂ ਨੇ ਗੱਲ ਕੀਤੀ ਹੈ, ਪੋਲੀਟੀਕਲ ਲੋਕਾਂ ਨੇ ਗੱਲ ਕੀਤੀ ਹੈ, ਇੱਕ ਪਾਸੇ ਤਾਂ ਅਸੀਂ ਗੱਲ ਕਰਦੇ ਹਾਂ ਕਿ ਆਬਾਦੀ ਜਿਹੜੀ ਹੈਗੀ ਆ ਉਹ ਧਰਮ ਦੇ ਲਿਹਾਜ਼ ਨਾਲ ਜਿਹਦੀ ਵਧੀ ਹੈਗੀ ਹੈ, ਦੂਜੇ ਪਾਸੇ ਜਿਹੜਾ ਹੈਗਾ ਅਸੀਂ ਕਹਿ ਰਹੇ ਹਾਂ ਕਿ ਸਾਡਾ ਜਿਹੜਾ ਦੇਸ਼ ਹੈ ਉਹ ਧਰਮ ਨਿਰਪੱਖ ਹੈ, ਇਹ ਸਾਡਾ ਦੂਰਾ ਮਖੌਟਾ ਨਹੀਂ ਹੈ ਕਿ ਅਸੀਂ ਬੇਸ ਜਿਹੜਾ ਹੈਗਾ ਧਰਮ ਨੂੰ ਲੈ ਕੇ ਆਪਣੇ ਆਪ ਨੂੰ ਕਹਿ ਰਹੇ ਹਾਂ ਕਿ ਅਸੀਂ ਬਹੁਤ ਅੱਗੇ ਚਲੇ ਗਏ ਕਿਉਂਕਿ ਸਾਡਾ ਧਰਮ ਜ਼ਿਆਦਾ ਅੱਗੇ ਜਾ ਰਿਹਾ, ਅਤੇ ਗੱਲਾਂ ਕਰਦੇ ਹਾਂ ਕਿ ਸਾਡਾ ਕੰਟਰੀ ਜਿਹੜਾ ਧਰਮ ਨਿਰਪੱਖ ਹੈ, ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਕੰਟਰਾਡਿਕਸ਼ਨ ਨਹੀਂ ਹੈ ਸਾਡੇ ਸਿਸਟਮ ਦੇ ਵਿੱਚ? ਇਹ ਹਕੀਕਤ ਹੈ ਕਿ ਅਸੀਂ ਸਾਰੇ ਦੇ ਸਾਰੇ ਬੰਦੇ ਹੈ, ਇਸ ਵਕਤ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਨੇ ਕਿ ਅਸੀਂ ਧਰਮ ਨਿਰਪੱਖ ਦੀ ਬਜਾਏ ਜਾਤਾਂ ਪਾਤਾਂ ਧਰਮਾਂ ਵਿੱਚ ਬਹੁਤ ਜ਼ਿਆਦਾ ਵੰਡੇ ਗਏ ਹਾਂ, ਔਰ ਹਰ ਐਂਗਲ ਨੂੰ ਇਸੇ ਗੱਲ ਤੋਂ ਦੇਖਦੇ ਹਾਂ ਐਂਗਲ ਨੂੰ ਕਿ ਵੀ ਜੇ ਕੋਈ ਕਿਸੇ ਨੂੰ ਸਿੱਖ ਮਿਲ ਜਾਵੇ ਤਾਂ ਉਹ ਬੜਾ ਖੁਸ਼ ਹੁੰਦਾ, ਜੇ ਕਿਸੇ ਨੂੰ ਮੁਸਲਮਾਨ ਨੂੰ ਮੁਸਲਮਾਨ ਮਿਲ ਜਾਵੇ ਤਾਂ ਉਹ ਕਹਿੰਦਾ ਵੀ ਆਹ ਵੀ ਤੂੰ ਮੇਰਾ ਭਰਾ ਹੈ ਜੀ ਜੀ। ਇਹ ਜਿਹੜੀ ਮਾਨਵਤਾ ਦਾ ਬੇਸਿਕ ਅਸੂਲ ਹੈ ਨਾ ਜੀ ਜੀ, ਜਿਵੇਂ ਪੰਜਾਬੀ ਸਾਹਿਬ ਨੇ ਕਿਹਾ ਹੈ, ਉਹ ਅਸੀਂ ਭੁੱਲ ਗਏ ਧਰਮ ਦੇ ਜਿਹੜੇ ਮਨੁੱਖ ਵੱਡੇ ਬੰਦੇ ਨੇ, ਚਾਹੇ ਗੁਰੂ ਨਾਨਕ ਸਾਹਿਬ ਸਨ ਚਾਹੇ ਉਹ ਹੋਰ ਸਨ ਮਹਾਂਪੁਰਖ ਜੀ ਜੀ, ਉਹ ਜਾਤ ਪਾਤ ਦੇ ਚੱਕਰ ਵਿੱਚ ਨਹੀਂ ਪਏ, ਪਰ ਅਸੀਂ ਜਾਤ ਪਾਤ ਧਰਮ ਦੇ ਚੱਕਰ 'ਚ ਪੈ ਗਏ ਹਾਂ ਜੀ। ਬੇਸਿਕ ਗੱਲ ਜਿਹੜੀ ਮੈਂ ਗੱਲ ਕਹਿਣੀ ਚਾਹਾਂਗਾ ਕਿ ਅੱਜ ਦਾ ਆਪਣਾ ਮਸਲਾ ਜਿਹੜਾ ਹੈ ਉਹ ਆਬਾਦੀ ਦਾ ਹੈ, ਆਬਾਦੀ ਜਿਹੜੀ ਹੈ ਨਾ ਉਹ ਲਿੰਕਡ ਹੈ ਬੰਦੇ ਦੀ, ਮੈਂ ਵਾਰ ਵਾਰ ਕਹਾਂਗਾ, ਮਾਨਸਿਕਤਾ ਨਾਲ। ਇਹ ਮੇਰੀ ਸੋਚ ਹੈ ਕਿ ਵੀ ਮੈਂ ਕਿੰਨੇ ਬੱਚੇ ਪੈਦਾ ਕਰਨੇ ਨੇ, ਅੱਜ ਕੱਲ੍ਹ ਤਾਂ ਯੁੱਗ ਇੱਥੇ ਆ ਗਿਆ ਲਿਵ ਇਨ ਅ ਰਿਲੇਸ਼ਨਸ਼ਿਪ ਉੱਤੇ, ਬੱਚੇ ਤਾਂ ਲੋਕ ਕਰਨਾ ਹੀ ਨਹੀਂ ਚਾਹੁੰਦੇ, ਪੈਦਾ ਹੀ ਨਹੀਂ ਕਰਨਾ ਚਾਹੁੰਦੇ। ਅੱਜ ਤੋਂ 60-70-80 ਸਾਲ ਪਹਿਲੋਂ, 60 ਸਾਲ ਪਹਿਲੋਂ ਅੰਮ੍ਰਿਤਾ ਸ਼ੇਰਗਿੱਲ ਹੈ ਜੀ, ਉਹਨੇ ਵਿਆਹ ਹੀ ਇਸ ਸ਼ਰਤ 'ਤੇ ਕਰਾਇਆ ਸੀਗਾ
ਕਾਈ ਬਿੱਲ ਹੈ ਬੋਲੀ ਅਜੀਤ ਸਰ ਸਾਡਾ ਅੱਜ ਦਾ ਮੁੱਦਾ ਨਹੀਂ ਹੈ ਸਾਡੇ ਤਾਂ ਕਈ ਪ੍ਰਧਾਨ ਮੰਤਰੀ ਹੋਏ ਆ ਜਿਨ੍ਹਾਂ ਨੇ ਆਬਾਦੀ 'ਚ ਬਿਲਕੁਲ ਹੀ ਕੋਈ ਯੋਗਦਾਨ ਨਹੀਂ ਪਾਇਆ ਜਿਹੜਾ ਹੈਗਾ ਇਸ ਕਰਕੇ ਤਾਂ ਆਪਣੀ ਆਪਣੀ ਸੋਚ ਹੈ ਮੈਂ ਇਸੇ ਵਾਟ ਆਈ ਸੀ ਔਰ ਮੈਂ ਇਸੇ ਵਾਸਤੇ ਗੱਲ ਕਹਿਣੀ ਚਾਹਾਂਗਾ ਕਿ ਜਦੋਂ ਕੋਈ ਧਾਰਮਿਕ ਆਗੂ ਆਪ ਇਹ ਫਤਵਾ ਜਾਰੀ ਕਰਦਾ ਹੈ ਕਿ ਵੀ ਆਬਾਦੀ ਵਧਾਓ ਜੀ ਤਾਂ ਉਹ ਚਿੰਤਾ ਦਾ ਵਿਸ਼ਾ ਹੈ ਇਹ ਆਪਣੇ ਆਪ ਮੇਰੀ ਸੋਚ ਆਬਾਦੀ ਦਾ ਵਾਧਾ ਜਾਂ ਔਰ ਮੈਂ ਅਗਲੀ ਗੱਲ ਇਹ ਕਹਿਣੀ ਚਾਹਾਂਗਾ ਕਿਸੇ ਧਾਰਮਿਕ ਆਗੂ ਨੂੰ ਇਸ ਗੱਲ ਦਾ ਕੋਈ ਅਧਿਕਾਰ ਨਹੀਂ ਕਿ ਉਹ ਕਿਸੇ ਦੀ ਪ੍ਰਾਈਵੇਟ ਲਾਈਫ ਵਿੱਚ ਦਖਲ ਦੇ ਵਿੱਚ ਫਤਵਾ ਜਾਰੀ ਕਰੇ ਉਹ ਫਤਵਾ ਜਾਰੀ ਜੀ ਜੀ ਇਸ ਤਰ੍ਹਾਂ ਤੋਂ ਸੁਪਰ ਜਿਹੜਾ ਇਹਨਾਂ ਨੇ ਇਸ਼ੂ ਲਿਆ ਕਿ ਆਪਣੇ ਆਪ 'ਚ ਬੜਾ ਅਹਿਮ ਮਾਮਲਾ ਹੈਗਾ ਕਿਉਂਕਿ ਪਿਛਲੇ ਦਿਨਾਂ 'ਚ ਗੱਲਾਂ ਬਾਰ ਬਾਰ ਆਉਂਦੀਆਂ ਰਹੀਆਂ ਇਹ ਨਹੀਂ ਕਿ ਗੱਲਾਂ ਸਿੱਖ ਸਰਕਲ ਜਿਹੜੇ ਹੈਗੇ ਆ ਨੇਤਾ ਉਹਨਾਂ ਨੇ ਵੀ ਗੱਲ ਕਹੀ ਹੈ ਕਈ ਜਿਹੜੇ ਕੱਟੜ ਜਿਹੜੇ ਹਿੰਦੂ ਨੇਤਾ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਜੀ ਕਿਉਂਕਿ ਮੁਸਲਿਮ ਆਬਾਦੀ ਦਾ ਟਾਕਰਾ ਕਰਨਾ ਇਸ ਕਰਕੇ ਤੁਸੀਂ ਜ਼ਿਆਦਾ ਬੱਚੇ ਪੈਦਾ ਕਰੋ ਇਹ ਕਿੱਧਰਲਾ ਕਨਸੈਪਟ ਮੈਂ ਸਮਝਦਾ ਕਿ ਬੜੀ ਗਲਤ ਸੋਚ ਹੈ ਓਕੇ ਦੇਖੋ ਆਪਾਂ ਹਿੰਦੁਸਤਾਨ ਦੇ ਵਿੱਚ ਨਜ਼ਰ ਦੌੜਾਈਏ ਜੀ ਕਿ ਪਾਰਸੀ ਕਮਿਊਨਿਟੀ ਇੱਕ ਛੋਟੀ ਜਿਹੀ ਕਮਿਊਨਿਟੀ ਹੈ ਔਰ ਇੰਨੀ ਆਪਸ ਦੇ ਵਿੱਚ ਜੁੜੀ ਹੋਈ ਹੈ ਕਿ ਇਹਨਾਂ ਦੀ ਆਬਾਦੀ ਲਗਾਤਾਰ ਘਟਦੀ ਜਾ ਰਹੀ ਹੈ ਜੀ ਜੀ ਲੇਕਿਨ ਇਹਨਾਂ ਦੇ ਤੁਸੀਂ ਬੰਦੇ ਦੇਖੋ ਟਾਟਾ ਹਿੰਦੁਸਤਾਨ ਦਾ ਟੋਪ ਦਾ ਇੰਡਸਟਰੀਅਲਿਸਟ ਜਮਸ਼ੇਦ ਉਹ ਆਪਣਾ ਗੋਡਰੇਜ ਅਗੇਨ ਟੋਪ ਦੇ ਸੋ ਇਹ ਜਿਹੜੀ ਕੁਆਲਿਟੀ ਜਿਹੜੀ ਲੀਡਰਸ਼ਿਪ ਹੈ ਜਾਂ ਇਹਨਾਂ ਦੀ ਜਿਹੜੀ ਅੰਦਰਲੀ ਜਿਹੜੀ ਸੋਚ ਹੈ ਜਾਂ ਅੱਛਾਪਨ ਹੈ ਉਹ ਉਹਦੇ ਵਿੱਚ ਨਜ਼ਰ ਆਉਂਦਾ ਨੰਬਰ ਦੇ ਵਿੱਚ ਨਜ਼ਰ ਨਹੀਂ ਆਉਂਦਾ ਜੀ ਸਿਮੀਲਰਲੀ ਮੈਂ ਸਮਝਦਾ ਹਾਂ ਕਿ ਸਿੱਖ ਕਮਿਊਨਿਟੀ ਜਾਂ ਕੋਈ ਵੀ ਕਮਿਊਨਿਟੀ ਹੋਵੇ ਉਹਦੇ ਵਿੱਚ ਕੁਆਲਿਟੇਟਿਵ ਜਿਹੜੀ ਇੰਪਰੂਵਮੈਂਟ ਦੀ ਲੋੜ ਹੈ ਨਾ ਕਿ ਪਾਰਟ ਨਾ ਕਿ ਉਹਨਾਂ ਦਾ ਨੰਬਰ ਵਧਾਓ ਬੱਚੇ ਪੈਦਾ ਕਰੋ ਮੈਂ ਅੱਜ ਜਥੇਦਾਰ ਅਕਾਲ ਤਖ਼ਤ ਕਿਤੇ ਬਿਆਨ ਵੀ ਪੜਿਆ ਸੀ ਕਿ ਉਹ ਕਹਿੰਦੇ ਹੈ ਕਿ ਇਹ ਜਿਹੜੀ ਸਿੱਖ ਲੀਗਰ ਹੈ ਜਾਂ ਹੋਰ ਇਹੋ ਜਿਹੀ ਕਈ ਕਮਿਊਨਿਟੀਜ਼ ਹੈ ਉਹਨਾਂ ਨੂੰ ਜਿਹੜੀ ਸਿੱਖ ਫੋਲਡ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਤਾਂ ਕਿ ਸਿੱਖਾਂ ਦਾ ਨੰਬਰ ਬਣ ਸਕੇ ਚਲੋ ਹਾਂ ਗਿਣਤੀ ਬਣ ਵੱਧ ਸਕੇ ਉਹ ਵੀ ਠੀਕ ਹੈ ਲੇਕਿਨ ਇਹਦਾ ਮੈਂ ਸਮਝਦਾ ਹਾਂ ਕਿ ਆਰਥਿਕਤਾ ਦੇ ਨਾਲ ਇਕੋਨਮੀ ਪ੍ਰੋਸਪੈਰਿਟੀ ਐਜੂਕੇਸ਼ਨ ਔਰ ਰਿਲੇਟਿਵਲੀ ਜਿਹੜੀ ਆਪਾਂ ਗਰੀਬੀ ਤੋਂ ਉੱਠ ਕੇ ਉਹਦੇ ਨਾਲ ਜਿੰਦਾ ਇਹਦਾ ਕੋਈ ਹੱਲ ਨਹੀਂ ਪ੍ਰਸ਼ਨ ਜੀ ਤੁਸੀਂ ਜਰਨਲਿਸਟ ਹੋ ਇੱਕ ਇਹ ਵੀ ਗੱਲ ਆ ਰਹੀ ਹੈ ਕਿ ਵੀ ਜਿਹੜਾ ਇਹ ਜਨਗਣਨਾ ਦੇ ਅੰਕੜੇ ਉਸ ਵੇਲੇ ਰਿਪੋਰਟ ਜਾਰੀ ਕੀਤੀ ਗਈ ਹੈ ਜਦੋਂ ਬਿਹਾਰ ਦੀਆਂ ਇਲੈਕਸ਼ਨ ਨਜ਼ਦੀਕ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਕੋਈ ਇੰਪੈਕਟ ਇਲੈਕਸ਼ਨ 'ਤੇ ਵੀ ਰਿਪੋਰਟ ਪੈਦਾ ਕਰੇਗੀ ਦੇਖੋ ਇੱਥੇ ਵੀ ਇੱਥੇ ਕਹਿਣਾ ਤਾਂ ਮੁਸ਼ਕਲ ਹੈ ਜੀ ਲੇਕਿਨ ਇਹ ਸਰਕਾਰ ਇਹੋ ਜਿਹੀਆਂ ਸ਼ਰਾਰਤਾਂ ਜਿਹੜੀਆਂ ਮੌਕੇ ਸਿਰ ਸਿਆਸੀ ਪਾਰਟੀਆਂ ਕਰਦੀਆਂ ਹੁੰਦੀਆਂ ਇਹਨੂੰ ਆਪਾਂ ਬਿਲਕੁਲ ਰੂਲ ਆਊਟ ਨਹੀਂ ਕਰ ਸਕਦੇ ਜੀ ਜੀ ਇਹ ਇਹੋ ਜਿਹੇ ਚਾਂਸਿਸ ਹੋ ਸਕਦੇ ਤੁਸੀਂ ਸਾਹਿਬ ਇੱਕ ਗੱਲ ਜਿਹੜੀ ਥੋੜ੍ਹਾ ਇਸ ਗੱਲ ਤੋਂ ਕੁਝ ਜਿਹੜੇ ਕੱਟੜ ਲੋਕ ਹੈ ਉਹ ਗੱਲ ਕਹਿ ਰਹੇ ਜਿਵੇਂ ਮੁਸਲਿਮ ਆਬਾਦੀ ਵਧੀ ਹੈ ਜਾਂ ਪਿਛਲੇ ਦਿਨਾਂ 'ਚ ਮੈਂ ਤੁਹਾਨੂੰ ਚੇਤੇ ਕਰਾਵਾਂ ਕਿ ਖਾਸ ਤੌਰ 'ਤੇ ਕ੍ਰਿਸਚਨਸ ਬਾਰੇ ਇਸਾਈਆਂ ਬਾਰੇ ਗੱਲ ਕਹੀ ਗਈ ਕਿ ਜੀ ਇਹ ਧਰਮ ਪਰਿਵਰਤਨ ਕਰਵਾ ਰਹੇ ਹੈ ਪਰ ਜਿਹੜੀ ਰਿਪੋਰਟਸ ਆਈ ਹੈ ਜਿਹੜੇ ਈਸਾਈ ਦਾ ਆਪ ਉਹਨਾਂ ਦੀ ਗਿਣਤੀ ਘਟੀ ਹੈ ਦੂਜੀ ਗੱਲ ਜਿਹੜੀ ਮੁਸਲਿਮ ਆਬਾਦੀ ਵਧੀ ਹੈ ਤੁਹਾਨੂੰ ਲੱਗਦਾ ਕਿ ਇੰਨਾ ਚਾਹੇ ਕ੍ਰਿਸਚਨ ਹੈ ਚਾਹੇ ਮੁਸਲਿਮ ਹੈਗੇ ਹੈ ਇਹ ਸਾਡੇ ਦੂਜੇ ਧਰਮਾਂ ਲਈ ਕੋਈ ਖਤਰਾ ਸਾਬਤ ਹੋ ਰਿਹਾ ਹਿੰਦੁਸਤਾਨ 'ਚ ਦੇਖੋ ਜਿਹੜੀਆਂ ਵੱਡੀਆਂ ਕੌਮਾਂ ਨੇ ਉਹਨਾਂ ਦੀ ਸੰਸਾਰ ਦੇ ਵਿੱਚ ਇੱਕ ਦੌੜ ਵੀ ਲੱਗੀ ਹੋਈ ਹੈ ਲੜਾਈ ਹੈ ਇੱਕ ਦੂਸਰੇ ਨੂੰ ਮਤਲਬ ਖਤਮ ਕਰਨ ਖਾਤਰ ਜੀ 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 ਕਿਤੇ ਮੁਸਲਮਾਨ ਮਤਲਬ ਇਸਾਈਆਂ ਦੀ ਜੰਗ ਹੈ ਅਤੇ ਅੱਜ ਕਿਤੇ ਨਾ ਕਿਤੇ ਹਿੰਦੂ ਅਤੇ ਕਮਿਊਨਿਟੀ ਅਤੇ ਮੁਸਲਮਾਨ ਦਾ ਵੀ ਕਿਤੇ ਨਾ ਕਿਤੇ ਟਕਰਾਅ ਚੱਲਿਆ ਜਾ ਰਿਹਾ ਜੀ ਇਹ ਸਾਰੀਆਂ ਗੱਲਾਂ ਦੇ ਵਿੱਚ ਮਤਲਬ ਜਿਹੜੀਆਂ ਘੱਟ ਗਿਣਤੀ ਕੌਮਾਂ ਨੇ ਉਹ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਖਤਰਾ ਮਹਿਸੂਸ ਕਰਦੀਆਂ ਨੇ ਪਰ ਮੈਂ ਇੱਕ ਗੱਲ ਜਿਹੜੀ ਸਮਝਦਾ ਜੀ ਸਭ ਤੋਂ ਵੱਡੀ ਗੱਲ ਵੀ ਬਹੁਤ ਆਬਾਦੀ ਪੈਦਾ ਕਰਕੇ ਕੋਈ ਵੀ ਕੌਮ ਜਿਹੜੀ ਹੈ ਉਹ ਵਿਹਲੜ ਲੋਕ ਪੈਦਾ ਕਰਨਾ ਚਾਹੁੰਦੀ ਹੈ ਅਤੇ ਉਹ ਵਿਹਲੜ ਲੋਕ ਜਿਹੜੇ ਨੇ ਉਹਨਾਂ ਨੇ ਆਪਣਾ ਜੀਵਨ ਜਿਹੜਾ ਉਹ ਇਸ ਕਿਸਮ ਦਾ ਬਣਾ ਲਿਆ ਸੰਸਾਰ ਦੇ ਵਿੱਚ ਉਹ ਜਾਂ ਉਹ ਨਸ਼ਿਆਂ ਦਾ ਵਪਾਰ ਕਰਨਗੇ ਜਾਂ ਉਹ ਬੰਦੂਕਾਂ ਚੱਕਣਗੇ ਜਾਂ ਉਹ ਕ੍ਰਿਮੀਨਲ ਬਣਨਗੇ ਅਤੇ ਜਿਹੜੇ ਵਿਹਲੜ ਲੋਕ ਨੇ ਫਿਰ ਇਹੋ ਜਿਹੇ ਇਹ ਰਸਤੇ ਪੈਣਗੇ ਜੀ ਜੀ ਜ਼ਰੂਰਤ ਇਸ ਗੱਲ ਦੀ ਨਹੀਂ ਹੈ ਜ਼ਰੂਰਤ ਜਿਹੜੀ ਨਲਵੀ ਸਾਹਿਬ ਨੇ ਵੀ ਜ਼ੋਰ ਦਿੱਤਾ ਪ੍ਰਾਸ਼ਰ ਸਾਹਿਬ ਵੀ
ਕਹਿ ਰਹੇ ਨੇ ਕੁਆਲਿਟੀ ਜਿਹੜੀ ਹੈਗੀ ਆ ਓਕੇ ਓਕੇ ਥੈਂਕ ਯੂ ਕੁਆਲਿਟੀ ਦੀ ਜ਼ਰੂਰਤ ਹੈ ਐਸੇ ਮਨੁੱਖ ਪੈਦਾ ਕਰੋ ਜਿਹੜੇ ਮਨੁੱਖ ਸਾਡੇ ਲਈ ਰੋਲ ਮਾਡਲ ਹੋਣ ਜਿਹਨਾਂ ਨੂੰ ਵੇਖ ਕੇ ਸੰਸਾਰ ਉਹਨਾਂ ਦੇ ਪਿੱਛੇ ਲੱਗ ਕੇ ਤੁਰ ਓਕੇ ਬਜਲੀ ਸਰ ਥੈਂਕ ਯੂ ਵੈਰੀ ਮੱਚ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਜਿਸ ਮੁੱਦੇ 'ਤੇ ਚਰਚਾ ਕੀਤੀ ਹੈ ਆਬਾਦੀ ਦੇ ਆਬਾਦੀ ਨੂੰ ਲੈ ਕੇ ਜੋ ਰਿਪੋਰਟ ਆਈ ਹੈ ਸਾਡੇ ਮਹਿਮਾਨਾਂ ਦੀ ਇੱਕ ਰਾਏ ਹੈ ਕਿ ਆਬਾਦੀ ਦਾ ਜਿਹੜਾ ਵਾਧਾ ਉਹ ਆਪਣੇ ਆਪ ਦੇ 'ਚ ਕੋਈ ਬਹੁਤ ਕਿਸੇ ਖੁਸ਼ੀ ਵਾਲੀ ਗੱਲ ਜਿੱਦਾਂ ਸਾਡੇ ਕਈ ਧਾਰਮਿਕ ਆਗੂ ਜਾਂ ਰਾਜਸੀ ਲੋਕ ਉਹਨਾਂ ਲਈ ਤਾਂ ਖੁਸ਼ੀ ਅਤੇ ਚਿੰਤਾ ਦਾ ਕਾਰਨ ਹੋ ਸਕਦਾ ਹੈ ਪਰ ਜਿੱਦਾਂ ਸਾਡੇ ਨੇਤਾਵਾਂ ਨੇ ਕਿਹਾ ਖਾਸ ਤੌਰ 'ਤੇ ਨਲਵੀ ਸਾਹਿਬ ਨੇ ਜਿਹੜੇ ਕਮੈਂਟ ਕੀਤੇ ਹੈ ਕਿ ਅਸੀਂ ਇਹ ਸਾਰਾ ਕੁਝ ਕਰਦੇ ਹਾਂ ਗੱਲ ਭੁੱਲ ਜਾਂਦੇ ਹਾਂ ਕਿ ਮਾਨਵਤਾ ਸਾਡਾ ਸਭ ਤੋਂ ਵੱਡਾ ਧਰਮ ਹੈ ਔਰ ਸਾਡੇ ਮਹਿਮਾਨਾਂ ਦੀ ਵੀ ਇੱਕ ਸਾਂਝੀ ਸੋਚ ਬਣਦੀ ਹੈ ਕਿ ਇਸ ਵੇਲੇ ਦੌੜ ਦੁਨੀਆ 'ਚ ਇਸ ਗੱਲ ਦੀ ਨਹੀਂ ਕਿ ਆਬਾਦੀ ਕਿਸ ਦੀ ਵੱਧ ਹੈ ਦੌੜ ਇਸ ਗੱਲ ਦੀ ਹੈ ਕਿ ਅਸੀਂ ਕਿਹੋ ਜਿਹੀ ਕੁਆਲਿਟੀ ਦੀ ਆਬਾਦੀ ਦੇ ਰਹੇ ਹਾਂ ਸਾਡੇ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਦੁਨੀਆ ਦੀਆਂ ਸਟੇਜਾਂ 'ਤੇ ਜਾ ਕੇ ਜਦੋਂ ਇਹ ਗੱਲ ਕਹਿੰਦਾ ਕਿ 125 crore ਦੀ ਟੀਮ ਹੈ ਅਸੀਂ ਦੁਨੀਆ ਨੂੰ ਜਿੱਤ ਸਕਦੇ ਹਾਂ ਪਰ ਅਸੀਂ ਸਾਰੇ ਜਾਣਦੇ ਹਾਂ ਕਿ 125 crore ਦੀ ਟੀਮ ਲੈ ਕੇ ਅਸੀਂ ਕਿੱਥੇ ਪਹੁੰਚ ਰਹੇ ਹਾਂ ਅਤੇ ਜਦੋਂ ਇਹ ਟੀਮ 125 ਦੀ ਥਾਂ 150 'ਤੇ ਹੋਏਗੀ ਤਾਂ ਹਿੰਦੁਸਤਾਨ ਦੀ ਸਥਿਤੀ ਕੀ ਹੋਏਗੀ ਸੋ ਧਰਮਾਂ ਦੇ ਤਕਾਜ਼ਿਆਂ ਦੇ ਧਰਮਾਂ ਦੀ ਤੱਕੜੀ ਦੇ ਵਿੱਚ ਤੋਲ ਕੇ ਕਿਸੇ ਵੀ ਆਬਾਦੀ ਦੇ ਵਾਧੇ ਨੂੰ ਦੇਖਿਆ ਨਹੀਂ ਜਾ ਸਕਦਾ ਲੋੜ ਇਸ ਗੱਲ ਦੀ ਹੈ ਕਿ ਕੁਆਲਿਟੀ ਦੇ ਪੱਧਰ 'ਤੇ ਜ਼ਿੰਦਗੀ ਦੇ ਵਿੱਚ ਤਬਦੀਲੀ ਲਿਆਉਣ ਦੀ ਮੈਂ ਇਹਨਾਂ ਮੁੱਦਿਆਂ 'ਤੇ ਚਰਚਾ 'ਚ ਆਉਣ ਦੇ ਲਈ ਮੈਂ ਆਪਣੇ 3 ਮਹਿਮਾਨਾਂ ਦਾ ਧੰਨਵਾਦੀ ਹਾਂ ਔਰ ਇਸ ਮੁੱਦੇ 'ਤੇ ਕੋਈ ਵੀ ਆਪਣੀ ਰਾਏ ਜਾਂ ਸੁਝਾਅ ਦੇਣ ਦੇ ਲਈ ਮੇਰਾ ਦਰਸ਼ਕਾਂ ਨੂੰ ਪ੍ਰੋਗਰਾਮ ਦਾ ਪਤਾ ਹੈ ਜਗਤਾਰ ਸਿੱਧੂ @globalpunjabtv.com ਕਿਸੇ ਨਵੇਂ ਮੁੱਦੇ ਨੂੰ ਲੈ ਕੇ ਮੈਂ ਮੁੜ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਵਾਂਗਾ।